ਇੱਕ ਸੁਨਿਆਰੇ ਦੀ ਦੁਕਾਨ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਤੇ ਗੋਲੀਆਂ ਚਲਾਉਣ ਵਾਲਾ ਸ਼ਖਸ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਦੋ ਬਦਮਾਸ਼ ਆਉਂਦੇ ਨੇ। ਇੱਕ ਨੇ ਸਫੇਦ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ ਤੇ ਦੂਸਰੇ ਨੇ ਕਾਲੇ ਰੰਗ ਦੀ। ਤਾਂ ਦੱਸ ਦਈਏ ਕਿ ਜੋ ਕਾਲੇ ਰੰਗ ਦੀ ਟੀ ਸ਼ਰਟ ਪਾ ਕੇ ਆਏ ਸ਼ਖਸ ਦੇ ਵੱਲੋਂ ਆਪਣੇ ਦੋਵਾਂ ਹੱਥਾਂ ਦੇ ਵਿੱਚ ਪਿਸਟਲ ਫੜੇ ਹੋਏ ਸੀ ਅਤੇ ਆਉਂਦੇ ਸਾਰ ਹੀ ਅੰਨਾ ਧੁੰਦ ਤਰੀਕੇ ਦੇ ਨਾਲ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਦੁਕਾਨ ਦੇ ਬਾਹਰ ਖੜ ਕੇ ਇਹ ਗੋਲੀਆਂ ਚਲਾਈਆਂ ਗਈਆਂ ਨੇ। ਹਾਲਾਂਕਿ ਗਨੀਮਤ ਰਹੀ ਹੈ ਕਿ ਇਸ ਗੋਲੀਬਾਰੀ ਦੇ ਵਿੱਚ ਕਿਸੇ ਨੂੰ ਵੀ ਕੋਈ ਸੱਟ ਫੇਟ ਨਹੀਂ ਲੱਗੀ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇੱਕ ਦਹਿਸ਼ਤ ਫੈਲਾਉਣ ਦਾ ਤਰੀਕਾ ਜੋ ਹੈ ਬਦਮਾਸ਼ਾਂ ਦੇ ਵੱਲੋਂ ਇਹ ਹੁਣ ਅਪਣਾਇਆ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਖੰਨਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਜਵੈਲਰੀ ਸ਼ੋਪ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਹਾਲਾਂਕਿ ਹਾਲ ਹੀ ਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਖੰਨਾ ਦੇ ਵਿੱਚ ਵੀ ਇੱਕ ਬੈਂਕ ਦੇ ਵਿੱਚ 15 ਲੱਖ ਰੁਪਏ ਦੀ ਲੁੱਟ ਹੋਈ ਸੀ। ਦੱਸ ਦਈਏ ਕਿ ਉਹ ਵੀ ਹਥਿਆਰਾਂ ਦੇ ਦਾਮ ਦੇ ਉੱਤੇ ਹੋਈ ਸੀ, ਪਰ ਠੀਕ 24 ਘੰਟੇ ਦੇ ਅੰਦਰ ਅੰਦਰ ਇਸ ਦੂਸਰੀ ਵਾਰਦਾਤ ਦਾ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ। ਤਾਂ ਦੱਸ ਦਈਏ ਕਿ ਹੁਣ ਬਦਮਾਸ਼ ਜੋ ਨੇ ਉਹ ਖੰਨੇ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ। ਪਹਿਲਾਂ ਜਿੱਥੇ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਉੱਥੇ 15 ਲੱਖ ਰੁਪਏ ਦੀ ਲੁੱਟ ਕੀਤੀ ਗਈ ਅਤੇ ਉਸ ਤੋਂ ਬਾਅਦ ਦੇ ਵਿੱਚ ਠੀਕ ਬੀਤੀ ਸ਼ਾਮ ਨੂੰ ਖੰਨਾ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ। ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਜੋ ਦੁਕਾਨ ਦਾ ਸ਼ੀਸ਼ਾ ਸੀ ਉਹ ਬਿਲਕੁਲ ਹੀ ਚਕਨਾ ਚੂਰ ਹੋ ਗਿਆ ਕਿਉਂਕਿ 5 ਤੋਂ 6 ਰਾਊਂਡ ਫਾਇਰ ਜੋ ਹੈ ਉਹ ਕੀਤੇ ਗਏ ਨੇ। ਆਪਣੇ ਦੋਵੇਂ ਹੱਥਾਂ ਦੇ ਵਿੱਚ ਹਮਲਾਵਰ ਨੇ ਪਿਸਟਲ ਫੜੇ ਹੋਏ ਸੀ ਅਤੇ ਬੇਖੌਫ ਹੋ ਕੇ ਉਸਨੇ ਸ਼ਰੇਆਮ ਚਲਦੀ ਸੜਕ ਦੇ ਉੱਤੇ ਇਹ ਫਾਇਰਿੰਗ ਕੀਤੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਬਦਮਾਸ਼ ਨੇ ਹੁਣ ਉਹਨਾਂ ਨੂੰ ਕਿਸੇ ਦਾ ਵੀ ਕੋਈ ਡਰ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਸ ਥਾਂ ਦੇ ਉੱਤੇ ਉਹਨੇ ਗੋਲੀਆਂ ਚਲਾਈਆਂ ਨੇ ਉੱਥੇ ਟ੍ਰੈਫਿਕ ਜੋ ਹੈ ਕਾਫੀ ਜ਼ਿਆਦਾ ਚੱਲ ਰਹੀ ਹੈ, ਪਰ ਬੇਖੌਫ ਬਦਮਾਸ਼ ਦੇ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਗਈਆਂ ਨੇ। ਸਾਨੂੰ ਇਨਫੋਰਮੇਸ਼ਨ ਆਈ ਸੀ ਚੁਰਾਹੇ ਥਾਣੇ ਅਰਾਊਂਡ 8:35-8:40 ਦੇ ਕਿ ਪਰਮਜੀਤ ਜਵੈਲਰਸ ਜੋ ਕਿ ਚੁਰਾਹਾ ਮੇਨ ਬਾਜ਼ਾਰ ਜਿਹਨਾਂ ਦੀ ਸ਼ੌਪ ਹੈ ਉਹਨਾਂ ਦੇ ਉੱਤੇ ਦੋ ਬੰਦੇ ਆ ਕੇ 4-5 ਰਾਊਂਡ ਫਾਇਰ ਕਰਕੇ ਗਏ ਨੇ। ਇਹਦੇ ਅੰਦਰ ਜਿਹੜੇ ਰਾਊਂਡ ਨੇ ਸਾਰੇ ਬਾਹਰੋਂ ਫਾਇਰ ਕੀਤੇ ਗਏ ਨੇ, ਕਿਸੇ ਨੂੰ ਅੰਦਰੋਂ ਜਾਲੀ ਨੁਕਸਾਨ ਨਹੀਂ ਹੋਇਆ, ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਹੈ। ਸਰ ਲੱਗਿਆ ਪਤਾ ਕਿ ਕਿਸ ਕਾਰਨ ਗੋਲੀਆਂ ਚਲਾਈਆਂ ਗਈਆਂ ਨੇ? ਨਹੀਂ ਹਜੇ ਉਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਜੀ। ਸਰ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਥੋੜ੍ਹਾ ਸਮਾਂ ਪਹਿਲਾਂ ਵੀ ਕੁਛ ਸਾਲ ਪਹਿਲਾਂ ਵੀ ਫਾਇਰ ਹੋਈ ਸੀ ਇਹਨਾਂ ਦੀ ਦੁਕਾਨ 'ਤੇ, ਇਹਨਾਂ ਦੇ ਪਿਤਾ ਜੀ 'ਤੇ, ਕੀ ਕਹਿਣਾ ਚਾਹੋਗੇ ਇਹ ਮਾਮਲਾ ਉਸ ਨਾਲ ਜੁੜਿਆ ਜਾ ਸਕਦਾ? ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ, ਅਸੀਂ ਉਹ ਪੱਖ ਵੀ ਜਿਹੜਾ ਹੈਗਾ ਡਿਊਰਿੰਗ ਇਨਵੈਸਟੀਗੇਸ਼ਨ ਧਿਆਨ ਰੱਖਾਂਗੇ। ਸਰ ਮੁਰਲੀ ਜਾਂਚ ਦੇ ਵਿੱਚ ਕੋਈ ਗੱਲ ਸਾਹਮਣੇ ਆਈ? ਨਹੀਂ ਹਜੇ ਇਟ ਇਜ਼ ਟੂ ਅਰਲੀ ਟੂ ਸੇ ਐਨੀਥਿੰਗ, ਅਸੀਂ ਅਜੇ ਇਨਵੈਸਟੀਗੇਸ਼ਨ ਹੀ ਕਰ ਰਹੇ ਹਾਂ। ਇੱਕ ਸੁਨਿਆਰੇ ਦੀ ਦੁਕਾਨ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਤੇ ਗੋਲੀਆਂ ਚਲਾਉਣ ਵਾਲਾ ਸ਼ਖਸ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਦੋ ਬਦਮਾਸ਼ ਆਉਂਦੇ ਨੇ। ਇੱਕ ਨੇ ਸਫੇਦ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ ਤੇ ਦੂਸਰੇ ਨੇ ਕਾਲੇ ਰੰਗ ਦੀ। ਤਾਂ ਦੱਸ ਦਈਏ ਕਿ ਜੋ ਕਾਲੇ ਰੰਗ ਦੀ ਟੀ ਸ਼ਰਟ ਪਾ ਕੇ ਆਏ ਸ਼ਖਸ ਦੇ ਵੱਲੋਂ ਆਪਣੇ ਦੋਵਾਂ ਹੱਥਾਂ ਦੇ ਵਿੱਚ ਪਿਸਟਲ ਫੜੇ ਹੋਏ ਸੀ ਅਤੇ ਆਉਂਦੇ ਸਾਰ ਹੀ ਅੰਨਾ ਧੁੰਦ ਤਰੀਕੇ ਦੇ ਨਾਲ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਦੁਕਾਨ ਦੇ ਬਾਹਰ ਖੜ ਕੇ ਇਹ ਗੋਲੀਆਂ ਚਲਾਈਆਂ ਗਈਆਂ ਨੇ। ਹਾਲਾਂਕਿ ਗਨੀਮਤ ਰਹੀ ਹੈ ਕਿ ਇਸ ਗੋਲੀਬਾਰੀ ਦੇ ਵਿੱਚ ਕਿਸੇ ਨੂੰ ਵੀ ਕੋਈ ਸੱਟ ਫੇਟ ਨਹੀਂ ਲੱਗੀ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇੱਕ ਦਹਿਸ਼ਤ ਫੈਲਾਉਣ ਦਾ ਤਰੀਕਾ ਜੋ ਹੈ ਬਦਮਾਸ਼ਾਂ ਦੇ ਵੱਲੋਂ ਇਹ ਹੁਣ ਅਪਣਾਇਆ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਖੰਨਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਜਵੈਲਰੀ ਸ਼ੋਪ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ।
ਹਾਲਾਂਕਿ ਹਾਲ ਹੀ ਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਖੰਨਾ ਦੇ ਵਿੱਚ ਵੀ ਇੱਕ ਬੈਂਕ ਦੇ ਵਿੱਚ 15 ਲੱਖ ਰੁਪਏ ਦੀ ਲੁੱਟ ਹੋਈ ਸੀ। ਦੱਸ ਦਈਏ ਕਿ ਉਹ ਵੀ ਹਥਿਆਰਾਂ ਦੇ ਦਾਮ ਦੇ ਉੱਤੇ ਹੋਈ ਸੀ, ਪਰ ਠੀਕ 24 ਘੰਟੇ ਦੇ ਅੰਦਰ ਅੰਦਰ ਇਸ ਦੂਸਰੀ ਵਾਰਦਾਤ ਦਾ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ। ਤਾਂ ਦੱਸ ਦਈਏ ਕਿ ਹੁਣ ਬਦਮਾਸ਼ ਜੋ ਨੇ ਉਹ ਖੰਨੇ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ। ਪਹਿਲਾਂ ਜਿੱਥੇ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਉੱਥੇ 15 ਲੱਖ ਰੁਪਏ ਦੀ ਲੁੱਟ ਕੀਤੀ ਗਈ, ਅਤੇ ਉਸ ਤੋਂ ਬਾਅਦ ਦੇ ਵਿੱਚ ਠੀਕ ਬੀਤੀ ਸ਼ਾਮ ਨੂੰ ਖੰਨਾ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ। ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਕਿਹਾ ਜਾ ਰਿਹਾ ਕਿ ਜੋ ਦੁਕਾਨ ਦਾ ਸ਼ੀਸ਼ਾ ਸੀ ਉਹ ਬਿਲਕੁਲ ਹੀ ਚਕਨਾ ਚੂਰ ਹੋ ਗਿਆ, ਕਿਉਂਕਿ 5 ਤੋਂ 6 ਰਾਊਂਡ ਫਾਇਰ ਜੋ ਹੈ ਉਹ ਕੀਤੇ ਗਏ ਨੇ। ਆਪਣੇ ਦੋਵੇਂ ਹੱਥਾਂ ਦੇ ਵਿੱਚ ਹਮਲਾਵਰ ਨੇ ਪਿਸਟਲ ਫੜੇ ਹੋਏ ਸੀ ਅਤੇ ਬੇਖੌਫ ਹੋ ਕੇ ਉਸਨੇ ਸ਼ਰੇਆਮ ਚਲਦੀ ਸੜਕ ਦੇ ਉੱਤੇ ਇਹ ਫਾਇਰਿੰਗ ਕੀਤੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਬਦਮਾਸ਼ ਨੇ ਹੁਣ ਉਹਨਾਂ ਨੂੰ ਕਿਸੇ ਦਾ ਵੀ ਕੋਈ ਡਰ ਨਜ਼ਰ ਨਹੀਂ ਆ ਰਿਹਾ, ਕਿਉਂਕਿ ਜਿਸ ਥਾਂ ਦੇ ਉੱਤੇ ਉਹਨੇ ਗੋਲੀਆਂ ਚਲਾਈਆਂ ਨੇ ਉੱਥੇ ਟ੍ਰੈਫਿਕ ਜੋ ਹੈ ਕਾਫੀ ਜ਼ਿਆਦਾ ਚੱਲ ਰਹੀ ਹੈ, ਪਰ ਬੇਖੌਫ ਬਦਮਾਸ਼ ਦੇ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਗਈਆਂ ਨੇ। ਸਾਨੂੰ ਇਨਫੋਰਮੇਸ਼ਨ ਆਈ ਸੀ ਦਰਾਹੇ ਥਾਣੇ ਅਰਾਊਂਡ 8:35-8:40 ਦੇ ਕਿ ਪਰਮਜੀਤ ਜਵੈਲਰਸ ਜੋ ਕਿ ਦਰਾਹਾ ਮੇਨ ਸਰਦਾਰ ਜਿਨ੍ਹਾਂ ਦੀ ਸ਼ੌਪ ਹੈ, ਉਹਨਾਂ ਦੇ ਉੱਤੇ ਦੋ ਬੰਦੇ ਆ ਕੇ 4-5 ਰਾਊਂਡ ਫਾਇਰ ਕਰਕੇ ਗਏ ਨੇ। ਇਹਦੇ ਅੰਦਰ ਜਿਹੜੇ ਰਾਊਂਡ ਨੇ ਸਾਰੇ ਬਾਹਰੋਂ ਫਾਇਰ ਕੀਤੇ ਗਏ ਨੇ, ਕਿਸੇ ਨੂੰ ਅੰਦਰੋਂ ਜਾਨੀ ਨੁਕਸਾਨ ਨਹੀਂ ਹੋਇਆ, ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਹੈ। ਸਰ ਲੱਗਿਆ ਪਤਾ ਕਿ ਕਿਸ ਕਾਰਨ ਗੋਲੀਆਂ ਚਲਾਈਆਂ ਗਈਆਂ ਨੇ? ਨਹੀਂ, ਹਜੇ ਉਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਜੀ। ਸਰ ਗੱਲ ਕਰਦੇ ਹਾਂ, ਜਿਸ ਤਰ੍ਹਾਂ ਕਿ ਥੋੜ੍ਹਾ ਸਮਾਂ ਪਹਿਲਾਂ ਵੀ ਕੁਛ ਸਾਲ ਪਹਿਲਾਂ ਵੀ ਫਾਇਰ ਹੋਈ ਸੀ ਇਹਨਾਂ ਦੀ ਦੁਕਾਨ 'ਤੇ, ਇਹਨਾਂ ਦੇ ਪਿਤਾ ਜੀ 'ਤੇ, ਕੀ ਕਹਿਣਾ ਚਾਹੋਗੇ ਇਹ ਮਾਮਲਾ ਉਸ ਨਾਲ ਜੋੜਿਆ ਜਾ ਸਕਦਾ? ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ, ਅਸੀਂ ਉਹ ਪੱਖ ਵੀ ਜਿਹੜਾ ਹੈਗਾ ਡਿਊਰਿੰਗ ਇਨਵੈਸਟੀਗੇਸ਼ਨ ਧਿਆਨ ਰੱਖਾਂਗੇ। ਸਰ ਮੁਢਲੀ ਜਾਂਚ ਦੇ ਵਿੱਚ ਕੋਈ ਗੱਲ ਸਾਹਮਣੇ ਆਈ? ਨਹੀਂ, ਹਜੇ ਇਟ ਇਜ਼ ਟੂ ਅਰਲੀ ਟੂ ਸੇ ਐਨੀਥਿੰਗ, ਅਸੀਂ ਅੱਜ ਇਨਵੈਸਟੀਗੇਸ਼ਨ ਹੀ ਕਰ ਰਹੇ ਹਾਂ।